ਜਿੱਦਾਂ ਮੈਂ ਕਹਿ ਚੁੱਕਿਆ ਤੁਹਾਨੂੰ ਕਈ ਵਾਰ, ਅੱਜ ਤੁਸੀਂ ਆਪਣੇ ਅਖਬਾਰਾਂ ਦਾ ਆਪ ਹੀ ਪੜ੍ਹ ਲਿਆ ਕਰੋ, ਤੁਸੀਂ ਕੱਢਦੇ ਹੋ ਅਖਬਾਰਾਂ 'ਚ ਫਿਰ ਪੜ੍ਹਦੇ ਹੈ ਨਹੀਂ। ਮੈਂ ਤੁਹਾਨੂੰ ਕਿਹਾ ਡੈਟ ਜਿਹੜੇ ਸਾਡੀ ਪਾਰਟੀ ਹੈ, ਵੀ ਆਰ ਅ ਪਾਰਟੀ ਜਿਹਦਾ ਸਿਸਟਮ ਹੈ, ਮੈਂ ਨਾ ਕੇਜਰੀਵਾਲ ਹੈ ਨਾ ਇਹ ਬਾਦਲ ਹੈ ਜੇ ਘਰ ਬਹਿ ਕੇ ਬਣਾ ਲੈਣ ਲਿਸਟਾਂ। ਸਾਡਾ ਸਿਸਟਮ ਹੈ ਕਿ ਹੁਣ ਸਾਡੇ ਕੋਲ ਐਪਲੀਕੇਸ਼ਨ ਆ ਗਏ, ਹੁਣ ਸਾਡਾ ਇੱਕ AICC ਦਾ ਡਾਕਟ ਫੋਰਮ ਹੈ, ਉਹਦੇ ਵਿੱਚ ਟ੍ਰਾਂਸਲੇਟ ਕੀਤੇ ਜਾ ਰਹੇ ਨੇ, ਫਿਰ ਇਹ ਭੇਜੇ ਜਾਣਗੇ AICC ਨੂੰ। AICC ਦੀ ਸਬ ਕਮੇਟੀ ਬਣ ਰਹੀ ਹੈ, ਤਿੰਨ ਜੇਲ੍ਹ ਸੈਕਟਰੀ ਦੀ ਜਿਹੜੀ ਇਹਨੂੰ ਘੜੂਗੀ, ਉਸ ਤੋਂ ਬਾਅਦ ਇਟ ਵਿਲ ਗੋ ਟੂ ਦੀ ਕਾਂਗਰਸ ਇਲੈਕਸ਼ਨ ਕਮੇਟੀ, ਮਿਸਿਸ ਗਾਂਧੀ ਦੀ ਪ੍ਰਧਾਨਗੀ ਹੇਠ ਮੈਂ ਵੀ ਹੋਊਂਗਾ ਉੱਥੇ, ਇਟ ਵਿਲ ਬੀ ਡਿਸਾਈਡਡ ਦੇਅਰ। ਮੈਂ ਸਮਝਦਾ ਕਿ ਮਹੀਨੇ ਵਿੱਚ ਇਹ ਪੂਰਾ ਖਤਮ ਹੋਣਾ ਚਾਹੀਦਾ, ਬਟ ਸਿਸਟਮ ਕਰਕੇ ਲੇਟ। ਮੈਂ ਇਹ ਤਾਂ ਮੈਂ ਹੁਣ ਘਰ ਬਣਾ ਕੇ ਅੱਜ ਸ਼ਾਮ ਨੂੰ ਅਨਾਊਂਸ ਕਰਦਾ, ਉਹਦਾ ਫਾਇਦਾ ਕੀ ਹੋਗਾ? ਇਟ ਹੈਜ਼ ਟੂ ਬੀ ਡਨ ਵਿਦ ਦ ਵੇ ਕਾਂਗਰਸ ਇਜ਼ ਅ ਨੈਸ਼ਨਲ ਪਾਰਟੀ, ਪੁਰਾਣੀ ਪਾਰਟੀ ਹੈ, ਤੋ ਵੀ ਹੈਵ ਅ ਸਿਸਟਮ। ਸਾਡੇ ਨਾਲ ਉਹ ਜਿਹੜੀਆਂ ਹੋਰ ਨੈਸ਼ਨਲ ਪਾਰਟੀ ਨੇ ਉਹ ਵੀ ਇਹੀ ਜਿਹੇ ਕੰਮ ਕਰਦੇ ਨੇ, ਪਰ ਆਹ ਜਿਹੜੇ ਟੋਟਲ ਜੇ ਇਕੱਠੇ ਹੋ ਗਏ ਦੇ ਮੀਨ ਨਥਿੰਗ। ਕੋਈ ਮੰਨਣਾ ਨਹੀਂ, ਥੋੜ੍ਹਾ ਝਗੜਾ ਹੋਇਆ ਲਿਟਲ, ਕੋਈ ਗੱਲ 'ਤੇ ਕੋਈ ਗਰਮ ਹੋ ਗਿਆ, ਉਹਦਾ ਮਤਲਬ ਤਾਂ ਨਹੀਂ ਕਿ ਕੋਈ ਬੜਾ ਰਫੜ ਪੈ ਗਿਆ ਕਾਂਗਰਸ 'ਚ, ਉਹ ਲੋਕਲ ਗੱਲਾਂ ਹੋ ਜਾਂਦੀਆਂ ਨੇ। ਥੋੜ੍ਹਾ ਚੰਨੀ ਦਾ ਔਰ ਹੰਸਰਾਜ ਹੰਸੀ ਦਾ ਥੋੜ੍ਹਾ ਬਹੁਤਾ ਹੋ ਗਿਆ ਸੀ। ਹਰਿਆਣਾ ਦੇ ਜੋ ਪੂਰਵ CM ਹੁੰਦਾ ਜੀ, ਉਹਨੇ ਛਾਪੇ ਮਾਰੇ ਜਾ ਰਹੇ ਜਦੋਂ ਤੱਕ, ਅਗਲਾ ਤਾਂ ਮੇਰੇ 'ਤੇ ਹੀ ਹੈ, ਇਹ ਪਰਵਾਹ ਨਾ ਕਰੋ। ਇਹਨਾਂ ਨੇ ਪਹਿਲਾਂ ਸ਼ੁਰੂ ਕੀਤਾ ਊਟੀ ਦੇ ਸਟਾਰਟ ਵਿੱਚ, ਪਹਿਲਾਂ ਵੀਰਭੱਦਰ ਸਿੰਘ ਜੀ, ਫਿਰ ਚਿਦੰਬਰਮ ਜੀ, ਫਿਰ ਆ ਗਏ ਹੂਡਾ ਜੀ, ਹੁਣ ਅਗਲੇ ਨੈਕਸਟ ਟਾਈਮ ਇਟ ਵਿਲ ਬੀ ਅਮਰਿੰਦਰ ਸਿੰਘ, ਡੋਂਟ ਵਰੀ। ਪੰਜਾਬ ਦਾ ਯਾਰ ਘੋਗੀ ਲਾ ਦੇਣ, ਬਟੇਰੇ ਲਾ ਦੇਣ, ਜੋ ਮਰਜ਼ੀ ਲਾ ਦੇਣ।